ਮੈਂ ਦਿਖਾਉਣਾ ਇੱਕ ਕਿਤਾਬ ਦੇ ਵਿੱਚ ਸਾਫ਼ ਲਿਖਿਆ ਹੋਇਆ ਵੀ ਇੰਡੀਆ ਨੇ ਸਾਡੀ ਗੁੰਡ ਕਿੱਦਾਂ ਮਾਰੀ, ਕਿੱਦਾਂ ਭੈਣ ਚੋਦੀ ਸਾਡੀ ਇੰਡੀਆ ਨੇ। ਮੇਰੇ ਕੋਲ ਬਹੁਤ ਮਸਾਲਾ ਨੇ, ਮੈਂ ਆਪਣੀ ਕੁੜੀ ਦੇ ਫੁੱਦੇ ਤੇ ਸਹੁੰ ਰੱਖ ਕੇ ਵੀ ਖਾਣ ਤਿਆਰ ਹਾਂ। ਮੇਰੀ ਭੈਣ ਦਾ ਫੁੱਦਾ ਏਡਾ ਮੋਟਾ ਨਹੀਂ ਸੀ ਜਿੰਨਾ ਇੰਡੀਆ ਨੇ ਕਿਹਾ, ਤੇ ਮੇਰੀ ਭੈਣ ਦੇ ਫੁੱਦੇ ਤੇ ਮੈਨੂੰ ਸਹੀ ਰੇਟ ਨਹੀਂ ਦਿੱਤੇ ਗਏ, ਸਗੋਂ ਉਲਟਾ ਭੈਣ ਚੋਂ ਮੇਰੀ ਗਾਂਢ ਚ ਡੰਡੇ ਦੇ ਕੇ ਮੇਰੀ ਮਾਂ ਭੈਣ ਦੀ ਲੰਘ ਦਿੱਤੀ ਗਈ। ਉਲਟਾ ਮੈਨੂੰ ਕਿਹਾ ਗਿਆ ਕਿ ਜਾ ਕੇ ਮੇਰੀ ਡੱਲਾ ਹੈ, ਲੌਂਡਾ ਹੈ, ਭੈਣ ਦਾ ਲੌੜਾ ਹੈ, ਔਰ ਤੁਸੀਂ ਆਪ ਦੱਸੋ ਮੈਂ ਕਿਹੜੇ ਪਾਸੇ ਜਾ ਕੇ ਭੈਣ ਚਲਾਉਂਦਾ। ਵੀਰ ਭੁੱਟੋ ਨੇ ਜਦੋਂ ਮੇਰੀ ਕੁੜੀ ਦੇ ਫੁੱਦੇ ਦਾ ਮੁੱਦਾ ਯੂਐਨ ਦੇ ਵਿੱਚ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਨੇ ਬਤੁੱਲੇ ਮਸੂਰ ਨਾਲ ਮਿਲ ਕੇ ਉਹਦੇ ਭੋਸੜੇ ਦੇ ਵਿੱਚ ਬੰਬ ਰਖਾ ਦਿੱਤੇ ਤੇ ਉਹਦੇ ਭੋਸੜੇ ਨੂੰ ਉੱਤੇ ਉਡਾ ਦਿੱਤਾ। ਹੁਣ ਦੱਸੋ ਮੈਂ ਕਿਹੜੇ ਪਾਸੇ ਜਾ ਕੇ ਭੈਣ ਚਲਾਵਾਂ, ਕਿੱਥੇ ਜਾਵਾਂ, ਆਪਣੀ ਕੁੜੀ ਦਾ ਭੋਸੜਾ ਚੱਕ ਚੱਕ ਕੇ ਮੈਂ ਕਿੱਥੇ ਕਿੱਥੇ ਗੇੜੇ ਕੱਢਾਂ, ਇੰਨਾ ਕਿਰਾਇਆ ਲੱਗਦਾ ਬੱਸਾਂ 'ਚ, ਕਦੇ ਕਿੱਧਰ ਜਾਓ ਕਦੇ ਕਿੱਥੇ ਭੈਣ ਚਲਾਓ। ਮੈਂ ਤਾਂ ਫਸ ਚੁੱਕਾ, ਮੇਰੀ ਤਾਂ ਗਾਂਢ ਫਟੀ ਪਈ ਆ, ਤੇ ਪਾਕਿਸਤਾਨ ਦਾ ਦੂਰ ਸਾਲਾ ਘਰੇ ਬੈਠਾ ਆਪਣੀ ਭੈਣਾਂ ਦੀਆਂ ਕੁੜੀਆਂ ਪੜਦਿਆਂ ਦੇਖ ਕੇ ਖੁਸ਼ ਹੋਈ ਜਾਂਦਾ। ਮੇਰੇ ਕੋਲ ਕਿਰਾਇਆ ਹੈ ਨਹੀਂ ਜਾਣ ਦਾ, ਮੈਂ ਕਿਹੜੇ ਪਾਸੇ ਜਾ ਕੇ ਭੈਣ ਚਲਾਵਾਂ। ਉਧਰੋਂ ਇੰਗਲੈਂਡ ਦੇ ਬੰਦੇ ਮੈਨੂੰ ਕਹਿ ਰਹੇ ਆ ਵੀ ਜਦਵੀਰ ਜਿਹੜੀ ਤੇਰੀ ਛੋਟੀ ਕੁੜੀ ਸੀ ਉਹ ਉਰੇ ਫੁੱਦੀ ਦੇ ਰਹੀ ਆ ਲੰਡਨ ਦੇ ਵਿੱਚ। ਮੈਂ ਕਿਹਾ ਲੰਡਨ ਦੇ ਵਿੱਚ ਉਹ ਕਿਹਨਾਂ ਨੂੰ ਫੁੱਦੀ ਦੇ ਰਹੀ ਆ? ਉਹ ਕਹਿੰਦੇ ਇੰਡੀਅਨਸ ਨੂੰ। ਮੈਂ ਕਿਹਾ ਯਾਰ ਆਹ ਬੜਾ ਕੰਮ ਖਰਾਬ ਆ, ਮੇਰੀਆਂ ਸਾਰੀਆਂ ਕੁੜੀਆਂ ਭੈਣ ਚੋਂ ਦਸਤੀ ਬਣੇ ਜੀ ਪੈ ਗਈਆਂ, ਉਹ ਵੀ ਸਾਰੀਆਂ ਕਾਫਲਾਂ ਦੇ ਲੰਘ ਲੈਂਦੀਆਂ ਨੇ। ਹੁਣ ਦੱਸੋ ਮੈਂ ਆਪਣੀ ਭੈਣ ਦੇ ਫੁੱਦੇ ਨੂੰ ਚੱਕ ਕੇ ਕਿਹੜੇ ਪਾਸੇ ਲੈ ਕੇ ਜਾਵਾਂ ਜਿੱਥੇ ਮੈਨੂੰ ਇਨਸਾਫ਼ ਮਿਲ ਸਕੇ? ਮੇਰੇ ਤਾਂ ਕਿਤੇ ਇਨਸਾਫ਼ ਨਜ਼ਰ ਹੀ ਨਹੀਂ ਆ ਰਿਹਾ, ਸਾਰੇ ਪਾਸੇ ਬਸ ਤਾਂ ਮੈਨੂੰ ਇੰਡੀਆ ਦੇ ਲੰਨ ਹੀ ਲੰਨ ਨਜ਼ਰ ਆ ਰਹੇ ਆ। ਮੇਰੀ ਭੈਣ ਦਾ ਫੁੱਦਾ ਹੋਵੇ ਜਾਂ ਤੁਹਾਡੀ ਭੈਣ ਦਾ ਫੁੱਦਾ, ਗੱਲ ਤਾਂ ਇੱਕੋ ਹੀ ਆ, ਮੁਸਲਮਾਨ ਕੁੜੀਆਂ ਦੀ ਭੈਣਾਂ ਦੇ ਜਿਹੜੇ ਫੁੱਦੇ ਨੇ ਆਪਣੇ, ਜੇ ਆਪਾਂ ਨੂੰ ਉਹਨਾਂ ਦਾ ਮੁਆਵਜ਼ਾ ਚੰਗਾ ਮਿਲ ਜਾਂਦਾ ਤਾਂ ਆਪਾਂ ਮਾੜਾ ਮੋਟਾ ਭੈਣ 'ਚ ਆਪਣੇ ਆਪ 'ਚ ਮਾਡਰਨਾਈਜੇਸ਼ਨ ਲੈ ਆਉਣੀ ਸੀ, ਆਪਣੇ ਆਪਾਂ ਭੈਣਾਂ ਦੀ ਫੁੱਦੀਆਂ ਦੇ ਓਪਰੇਸ਼ਨ ਕਰਾ ਸਕਦੇ ਸੀ, ਆਪਾਂ ਆਪਣੀ ਭੈਣਾਂ ਦੀ ਫੁੱਦੀ ਨੂੰ ਖਤਮ ਨਹੀਂ ਤਾਂ ਹੋਣ ਦੇਣਾ ਸੀ। ਉਲਟਾ ਉਹਨਾਂ ਦੇ ਵਿੱਚ ਹੋਰ ਆਪਾਂ ਟੈਕਨੋਲੋਜੀਆਂ ਵਰਤ ਕੇ ਆਪਣੀ ਭੈਣਾਂ ਦੇ ਫੁੱਦੇ ਹੋਰ ਭੀੜੇ ਕਰ ਦੇਣੇ ਸੀ ਤਾਂ ਕਿ ਉਹਨਾਂ ਦੇ ਵਧੀਆ ਰੇਟ ਮਿਲ ਸਕਣ, ਪਰ ਹੁਣ ਤਾਂ ਗੁੰਡ ਫਟੀ ਪਈ ਹੈ, ਸਾਰੇ ਪਾਸੇ ਭੈਣ ਚੋਦੀ ਮਾਂ ਚੋਦੀ ਗਈ ਹੈ ਪਾਕਿਸਤਾਨ ਦੀ। ਇਹ ਤਾਂ ਪਾਕਿਸਤਾਨ ਦੀ ਗਾਂਢ ਦੇ ਡੰਡੇ ਦੇਣ ਦਾ ਕੰਮ ਜਿਹੜਾ ਦਿਲਦਾਰੀ ਉਹਨਾਂ ਨੇ ਕੀਤਾ ਨਾ, ਇਹਦਾ ਇੱਥੇ ਲੱਗਦਾ ਵੀ ਇਹ ਮੁਸਲਮਾਨ ਨਹੀਂ ਹੈਗੇ, ਇਹ ਭੈਣ ਦੇ ਲੋੜੇ ਕਾਫਰ ਨੇ। ਬਾਕੀ ਮਦੀਨੇ 'ਚ ਵੀ ਸ਼ੈਤਾਨ ਨੇ ਇੱਦਾਂ ਵੀ ਇੱਦਾਂ ਗੁੰਡ ਨਹੀਂ ਸੀ ਮਾਰੇ ਜਿੱਥੇ ਇਹਨਾਂ ਨੇ ਮੇਰੀ ਭੈਣਾਂ ਦੇ ਫੁੱਦੇ ਨਾਲ ਕੀਤਾ। ਮੇਰੀ ਭੈਣਾਂ ਦੇ ਫੁੱਦੇ ਅੱਜ ਇੰਨੀ ਬੁਰੀ ਹਾਲਤ 'ਚ ਨੇ ਅਤੇ ਪਾਕਿਸਤਾਨ ਦਾ ਜੂਠ ਘਰੇ ਬੈਠਾ ਬਸ ਆਪਣੀ ਭੈਣਾਂ ਦੀਆਂ ਫੁੱਦੀਆਂ ਫੜਦੀਆਂ ਦੇਖ ਕੇ ਖੁਸ਼ ਹੁੰਦਾ ਰਹਿੰਦਾ ਹੈ ਅਤੇ ਕਹਿੰਦਾ ਰਹਿੰਦਾ ਹੈ ਜਿਹਾਜ਼ ਆਊਗਾ ਜਿਹਾਜ਼ ਆਊਗਾ। ਮੈਂ ਕਿਹਾ ਤੁਹਾਡੀ ਭੈਣ ਦਾ ਫੁੱਦਾ ਬਰਬਾਦ ਹੋ ਜਾਊਗਾ, ਸਾਰੇ ਉਹ ਸੁਣ ਲਓ,